ਇਦਾਂ ਦਾ ਬਿਆਨ ਦਿੰਦੇ ਰਹਿੰਦੇ ਕਿ ਕੌਮ ਖਤਰੇ ਚ ਆ, ਪੰਥ ਖਤਰੇ ਚ ਆ, ਮੈਂ ਕੁਰਬਾਨੀ ਦੇਣ ਨੂੰ ਤਿਆਰ ਹਾਂ, ਜਾਂ ਕੌਮ ਕੁਰਬਾਨੀ ਦੇਣ ਨੂੰ ਤਿਆਰ ਹੋ ਜਾਵੇ। ਖੈਰ ਕੌਮ ਤੇ ਸ਼ੁਰੂ ਤੋਂ ਹੀ ਕੁਰਬਾਨੀਆਂ ਦਿੰਦੀ ਆਈ ਹੈ, ਇਹ ਕੋਈ ਪਹਿਲਾ ਦਿਨ ਨਹੀਂ ਕਿ ਕੌਮ ਕੁਰਬਾਨੀਆਂ ਦਿੰਦੀ ਪਈ ਹੈ। ਇਤਿਹਾਸ ਪੜੋ, ਪੁਰਾਤਨ ਇਤਿਹਾਸ ਦੇ ਵੱਲ ਧਿਆਨ ਮਾਰੋ, ਕੌਮ ਨੇ ਬਹੁਤ ਕੁਰਬਾਨੀਆਂ ਦਿੱਤੀਆਂ। ਮੈਂ ਇੱਕ ਦੋ ਕੁ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ, ਕਿਉਂਕਿ ਪਤਾ ਲੱਗ ਸਕੇ ਕਿ ਆਗੂ ਕੌਣ ਹੁੰਦੇ ਨੇ, ਕਿਹੋ ਜਿਹੇ ਆਗੂ ਹੁੰਦੇ ਨੇ, ਕੀ ਉਹਨਾਂ ਦਾ ਕਿਰਦਾਰ ਹੈ, ਕੌਮ ਦੇ ਲਈ ਉਹ ਕੀ ਕਰਦੇ ਨੇ। ਸਿਰਫ ਆਪਣਾ ਨਿੱਜੀ ਫਾਇਦਾ ਲੈਣ ਦੇ ਲਈ ਉਹ ਕੌਮ ਨੂੰ ਤਬਾਹ ਨਹੀਂ ਕਰਦੇ, ਉਹ ਜੋ ਗੱਲ ਕਰਦੇ ਨੇ, ਜੇ ਉਹ ਕਹਿੰਦੇ ਨੇ ਕਿ ਅਸੀਂ ਜੇ ਉਹਨਾਂ ਨੂੰ ਕੌਮ ਦੇ ਆਗੂ ਬਣਾ ਦਿੱਤਾ ਜਾਂਦਾ ਆ, ਤੇ ਫਿਰ ਕੌਮ ਦਾ ਹੀ ਫਾਇਦਾ ਸੋਚਦੇ ਨੇ, ਕੌਮ ਦੀ ਹੀ ਗੱਲ ਕਰਦੇ ਨੇ, ਕੌਮ ਦੀ ਚੜ੍ਹਦੀ ਕਲਾ ਵਾਸਤੇ ਆਪਣੇ ਉਹ ਬੰਦ ਵੀ ਕਟਵਾਉਂਦੇ ਨੇ, ਖੋਪਰੀਆਂ ਵੀ ਲਹਾਉਂਦੇ ਨੇ। ਅਹਿਮਦ ਸ਼ਾਹ ਅਬਦਾਲੀ ਜਿਹਨੇ ਕਿ ਭਾਰਤ ਨੂੰ ਬਹੁਤ ਵਾਰ ਲੁੱਟਿਆ ਤੇ ਦਿਲ ਖੋਲ ਕੇ ਲੁੱਟਿਆ, ਪੈਸਾ ਧੇਲਾ, ਇੱਥੋਂ ਤੱਕ ਕਿ ਜੋ ਵੀ ਉਹਦੇ ਹੱਥ ਵਿੱਚ ਆਉਂਦਾ ਰਿਹਾ ਉਹ ਸਭ ਕੁਝ ਆਪਣੇ ਨਾਲ ਲਿਜਾਂਦਾ ਰਿਹਾ, ਕੁਝ ਨਹੀਂ ਛੱਡਿਆ ਹੋਇਆ। ਉਹ ਕਹਿੰਦਾ ਆਪਣੇ ਜਦੋਂ ਉਦੋਂ ਪੰਜਾਬ ਦਾ ਗਵਰਨਰ ਸੀ ਜ਼ਕਰੀਆ ਖਾਨ, ਕੋਈ ਗੱਲ 1760 ਕੁ ਦੀ ਹੈ ਜਿਹੜੀ ਤੁਹਾਡੇ ਨਾਲ ਮੈਂ ਬੇਨਤੀ ਸਾਂਝੀ ਕਰਨ ਲੱਗਿਆ। ਜ਼ਕਰੀਆ ਖਾਨ ਨੂੰ ਕਹਿੰਦਾ ਕਿ ਮੈਂ ਦਿੱਲੀ ਨੂੰ ਤੁਰਦਾ, ਮੈਨੂੰ ਪੂਰੇ ਰਸਤੇ 'ਚ ਕੋਈ ਹੱਥ ਨਹੀਂ ਪਾਉਂਦਾ, ਕੋਈ ਮੇਰੇ ਵੱਲ ਵੇਖਦਾ ਨਹੀਂ, ਸਭ ਨੂੰ ਪਤਾ ਆ ਕਿ ਇਹ ਬੜਾ ਸ਼ਕਤੀਸ਼ਾਲੀ ਹੈ, ਬੜਾ ਤਾਕਤਵਰ ਹੈ, ਜੇ ਇਹਨੂੰ ਹੱਥ ਪਾਵਾਂਗੇ ਤੇ ਮੌਤ ਦੇ ਘਾਟ ਉਤਰਾਂਗੇ, ਪਰ ਜਦੋਂ ਦਿੱਲੀਓਂ ਮੈਂ ਚੱਲ ਕੇ ਪੰਜਾਬ ਆ ਜਾਂਦਾ ਨਾ, ਇਹ ਪਤਾ ਨਹੀਂ ਕਿਹੜੇ ਨੇ, ਕੌਣ ਨੇ, ਜੰਗਲਾਂ ਦੇ ਵਿੱਚ ਇਹ ਰਹਿੰਦੇ ਨੇ, ਜੰਗਲਾਂ ਦੇ ਵਿੱਚ ਇਹ ਰਾਤਾਂ ਕੱਟਦੇ ਤੇ ਜੰਗਲੀ ਰਸਤੇ ਦੇ ਵਿੱਚ ਦੇ ਜਦੋਂ ਮੈਂ ਨਿਕਲਦਾ ਵਾਂ ਤੇ ਮੇਰੇ ਜੋ ਵੀ ਦਿੱਲੀਓਂ ਮੈਂ ਲੁੱਟਿਆ ਹੁੰਦਾ, ਭਾਰਤ ਤੋਂ ਲੁੱਟਿਆ ਹੁੰਦਾ, ਜਿਹੜਾ ਮਾਲ ਸਬਾਬ, ਜੋ ਸੋਨਾ ਗਹਿਣਾ ਕੀਮਤੀ ਸਮਾਨ, ਇਹ ਮੇਰੇ ਨਾਲ ਲੜਦੇ ਨੇ, ਝਗੜਦੇ ਨੇ, ਜੰਗ ਦਾ ਰੂਪ ਇਹ ਤਿਆਰ ਕਰ ਦਿੰਦੇ ਨੇ, ਤੇ ਮੈਨੂੰ ਬੜਾ ਭੈੜੇ ਤਰੀਕੇ ਨਾਲ ਹਰਾ ਕੇ ਸਾਰੇ ਮਾਲ ਤੇ ਸਾਰੀ ਮੇਰੀ ਕੀਤੀ ਹੋਈ ਲੁੱਟ ਤੇ ਇਹ ਕਬਜ਼ਾ ਕਰਦੇ। ਜ਼ਕਰੀਆ ਖਾਨ ਕਹਿੰਦਾ ਇਹਨਾਂ ਦਾ ਗੁਰੂ ਬੜਾ ਸ਼ਕਤੀਸ਼ਾਲੀ ਹੈ, ਗੁਰੂ ਗੋਬਿੰਦ ਸਿੰਘ ਇਹਨਾਂ ਦਾ ਗੁਰੂ ਹੈ, ਉਹਨੇ ਪਤਾ ਨੀ ਇਹਨਾਂ ਨੂੰ ਕੀ ਆਪੇ ਹਯਾਤ ਨਾਮ ਦੀ ਕੋਈ ਚੀਜ਼ ਪਿਆਈ ਹੈ, ਇਹ ਮੌਤ ਨਾਲ ਮਖੌਲਾਂ ਕਰਦੇ ਨੇ, ਘੋੜਿਆਂ ਦੀਆਂ ਕਾਠੀਆਂ ਉਹ ਇਹਨਾਂ ਦੇ ਘਰ ਨੇ, ਜੰਗਲਾਂ ਦੇ ਵਿੱਚ ਇਹ ਰਹਿ ਕੇ ਆਪਣੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਦੇ ਨੇ, ਛੋਲਿਆਂ ਨੂੰ ਖਾਣਾ, ਛੋਲੇ ਇਹ ਖਾਂਦੇ ਨੇ ਤੇ ਕਹਿੰਦੇ ਨੇ ਕਿ ਇਹ ਬਦਾਮਾਂ ਦੇ ਸਮਾਨ ਨੇ, ਭਾਵੇਂ ਇਹਨਾਂ ਦੇ ਘਰ ਕਾਟ ਲੁੱਟੇ ਜਾਣ, ਬੰਦ ਬੰਦ ਕੱਟੇ ਜਾਣ, ਪਰ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਜਿਹੜਾ ਅੰਮ੍ਰਿਤ, ਜਿਹੜਾ ਆਪੇ ਹਯਾਤ ਪਿਆਇਆ ਆ, ਉਹਦੇ ਤੋਂ ਇਹ ਪਤਾ ਲੱਗਦਾ ਕਿ ਇਹ ਮੌਤ ਨੂੰ ਮਜ਼ਾਕ ਕਰਦੇ ਨੇ, ਮਖੌਲਾਂ ਕਰਦੇ ਨੇ, ਇਹਨਾਂ ਦੇ ਨਾਲ ਪੰਗਾ ਲੈਣਾ ਤੇ ਇਹਨਾਂ ਦੇ ਨਾਲ ਲੜਨਾ ਬੜੀ ਜਿੱਦਾਂ ਕਹਿ ਲਓ ਕਿ ਆਪਣੀ ਹਾਰ ਸਵੀਕਾਰ ਕਰਨ ਦੇ ਬਰਾਬਰ ਹੈ। ਤੇ ਅਹਿਮਦ ਸ਼ਾਹ ਅਬਦਾਲੀ ਨੇ ਪਹੁੰਚਦਿਆਂ ਹੀ ਉੱਥੇ ਸ਼ਾਹ ਨਜ਼ੀਰ ਨੂੰ ਹੁਕਮ ਕੀਤਾ ਕਿ ਕੋਪਰ ਬਰਾਸ ਸਾਰਾ ਇਕੱਠਾ ਕੀਤਾ ਜਾਵੇ ਤੇ ਇੱਕ ਏਦਾਂ ਦੀ ਤੋਪ ਤਿਆਰ ਕੀਤੀ ਜਾਵੇ ਕਿ ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾ ਦੇ। ਖੈਰ ਜਿੰਨਾ ਉਹਨੇ ਕੋਪਰ ਬਰਾਸ ਇਕੱਠਾ ਕੀਤਾ, ਉਹਨੂੰ ਢਾਲਿਆ, ਇੱਕ ਜਮਜਮਾ ਨਾਮ ਦੀ ਤੋਪ ਤਿਆਰ ਕਰ ਦਿੱਤੀ, ਤੇ ਉਹ ਜਦੋਂ ਤੋਪ ਤਿਆਰ ਕੀਤੀ ਤੇ ਬੜੇ ਭਾਗਾਂ ਵਾਲੀ ਇਹ ਕੌਮ ਸੀ, ਕੌਮ ਭਾਵੇਂ ਕਿ ਤਬਾਹ ਕਰਨ ਦੇ ਲਈ ਅੱਜ ਵੀ ਬੜੇ ਹੀਲੇ ਵਰਤੇ ਜਾਂਦੇ ਨੇ, ਬੜਾ ਰਾਹ ਅਪਣਾਇਆ ਜਾਂਦਾ ਆ ਸਰਕਾਰਾਂ ਦੇ ਵੱਲੋਂ, ਤਾਂ ਪਹਿਲੀ ਗੱਲ ਕਦੇ ਵੀ ਕੌਮ ਨੂੰ ਬਖਸ਼ਿਆ ਨਹੀਂ ਗਿਆ, ਹਰ ਹਾਲਤ ਵਿੱਚ ਹਰ ਸਮੇਂ ਇਹੀ ਵੇਖਿਆ ਗਿਆ ਕਿ ਜਿਵੇਂ ਕਿਵੇਂ ਮਰਜ਼ੀ ਹੋਵੇ ਕੌਮ ਨੂੰ, ਸਿੱਖ ਕੌਮ ਨੂੰ ਤਬਾਹ ਕੀਤਾ ਜਾਵੇ। ਤੇ ਖੈਰ ਸਿੱਖ ਕੌਮ ਦੀ ਖੁਸ਼ਕਿਸਮਤੀ ਕਹਿ ਲਈਏ ਕਿ ਇੱਕ ਭੰਗੀਆਂ ਦੀ ਮਿਸਲ ਉਸ ਟਾਈਮ ਸੀ, ਤੇ ਜਦੋਂ
ਤੋਪ ਤਿਆਰ ਕਰਕੇ ਮੈਦਾਨ ਦੇ ਵਿੱਚ ਤਾਰੀ ਗਈ ਤੇ ਭੰਗੀਆਂ ਨੇ ਪਹਿਲੇ ਝਟਕੇ ਦੇ ਵਿੱਚ ਹੀ ਉਹ ਜਿਹੜੀ ਭੰਗੀਆਂ ਦੀ ਮਿਸਲ ਸੀ ਨਾ ਪਹਿਲੇ ਝਟਕੇ ਦੇ ਵਿੱਚ ਤੋਪ ਨੂੰ ਆਪਣੇ ਕਬਜ਼ੇ ਚ ਲੈ ਲਿਆ। ਤੇ ਕਈ ਵਾਰੀ ਆਪਾਂ ਇਹ ਗੱਲ ਪੜ੍ਹਦੇ ਹਾਂ ਭੰਗੀਆਂ ਵਾਲੀ ਤੋਪ ਕਹਿ ਕੇ, ਕਈ ਵਾਰੀ ਇਤਿਹਾਸ ਵਿੱਚ ਗੱਲ ਪੜ੍ਹਨ ਨੂੰ ਮਿਲਦੀ ਹੈ ਕਿ ਉਹ ਜਿਹੜੀ ਤੋਪ ਹੈ ਜਮਜਮਾ ਤੋਪ ਉਹ ਭੰਗੀਆਂ ਦੀ ਤੋਪ ਕਹਿ ਕੇ ਵੀ ਕਈ ਵਾਰੀ ਆਪਾਂ ਇਤਿਹਾਸ ਦੇ ਵਿੱਚ ਇਸ ਗੱਲ ਨੂੰ ਪੜ੍ਹਦੇ। ਖੈਰ ਇਸ ਤੋਪ ਦੇ ਨਾਲ ਇੱਕ ਹੋਰ ਬੜੀ ਵੱਡੀ ਅਹਿਮ ਘਟਨਾ ਜੁੜੀ ਹੈ ਕਿਉਂਕਿ ਆਗੂਆਂ ਦਾ ਕਿਰਦਾਰ ਜਿਹੜਾ ਹੈ ਪਤਾ ਲੱਗ ਸਕੇ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਨੇ ਉਹ ਤੋਪ ਤਿਆਰ ਕੀਤੀ ਪਰ ਆਗੂ ਬੜੇ ਮਹਾਨ ਸੀ, ਉਹਨਾਂ ਨੇ ਕੀ ਕੀਤਾ ਕਿ ਪਹਿਲੇ ਝਟਕੇ ਦੇ ਵਿੱਚ ਤੋਪ ਨੂੰ ਕਬਜ਼ੇ ਵਿੱਚ ਲੈ ਲਿਆ। ਮਹਾਰਾਜਾ ਰਣਜੀਤ ਸਿੰਘ ਜਦੋਂ ਮੁਲਤਾਨ ਦੇ ਕਿਲੇ ਨੂੰ ਜਦੋਂ ਲੜਾਈ ਉੱਥੇ ਹੁੰਦੀ ਹੈ ਤੇ ਦਰਬਾਰ ਸਾਹਿਬ ਮੱਥਾ ਟੇਕਣ ਆਏ, ਅਕਾਲੀ ਫੂਲਾ ਸਿੰਘ ਉਦੋਂ ਬਾਹਰ ਦੇ ਦੌਰਿਆਂ ਤੇ ਸਨ ਤੇ ਉਦੋਂ ਸਰਦਾਰ ਸਾਧੂ ਸਿੰਘ ਜੀ ਉਸ ਟਾਈਮ ਉੱਥੇ ਸਾਰੇ ਸੇਵਾ ਨਿਭਾ ਰਹੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਦਰਬਾਰ ਸਾਹਿਬ ਮੱਥਾ ਟੇਕਿਆ ਬਾਹਰ ਆਏ ਤੇ ਬੜਾ ਚਿਹਰਾ ਉਤਰਿਆ ਸੀ, ਬੜੇ ਪਰੇਸ਼ਾਨ ਸੀ। ਸਿੱਖ ਆਗੂ ਹੋਣ ਕਰਕੇ ਸਰਦਾਰ ਸਾਧੂ ਸਿੰਘ ਜੀ ਨੇ ਪੁੱਛਿਆ ਕਿ ਕੀ ਗੱਲ ਹੈ, ਬੜਾ ਚਿਹਰਾ ਉਤਰਿਆ ਪਿਆ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਸਾਰੀ ਗੱਲ ਦੱਸੀ, ਕਹਿੰਦੇ ਕਿ ਬੜਾ ਨੁਕਸਾਨ ਹੋ ਰਿਹਾ ਹੈ, ਬੜੇ ਸਿੰਘ ਸ਼ਹੀਦ ਹੋ ਰਹੇ ਨੇ ਪਰ ਉਹ ਮੁਲਤਾਨ ਦਾ ਕਿਲ੍ਹਾ ਜਿਹੜਾ ਉਹ ਫਤਿਹ ਨਹੀਂ ਹੋ ਰਿਹਾ। ਤੇ ਅੱਗੇ ਸਰਦਾਰ ਸਾਧੂ ਸਿੰਘ ਕਹਿਣ ਲੱਗੇ ਕਿ ਸਾਡੇ ਕੋਲ ਇੱਕ ਬੜਾ ਬੜੀ ਕੀਮਤੀ ਤੋਪ ਹੈ, ਉਹ ਦੇਖ ਲਵੋ ਜੇ ਤੁਹਾਡੇ ਕੰਮ ਆ ਜਾਵੇ। ਤੇ ਜਦੋਂ ਤੋਪ ਜੀ ਨੂੰ ਉਹ ਜਗ੍ਹਾ ਦਿਖਾਈ, ਤੋਪ ਜੀ ਕਹਿਣ ਲੱਗਾ ਕਿ ਜੇ ਕਿਤੇ ਇਸ ਦੀਵਾਰ ਦੇ ਉੱਤੇ ਇਸ ਕੰਧ ਦੇ ਉੱਤੇ 18-20 ਲਗਾਤਾਰ ਗੋਲੇ ਸੁੱਟ ਦਿੱਤੇ ਜਾਣ, 18-20 ਗੋਲੇ ਜਿਹੜੇ ਸੁੱਟ ਦਿੱਤੇ ਜਾਣ ਤੇ ਇਹ ਜਿਹੜੀ ਦੀਵਾਰ ਹੈ ਕਿਲ੍ਹੇ ਦੀ, ਇਹ ਜਿਹੜੀ ਕੰਧ ਹੈ ਉਹ ਉਸੇ ਵੇਲੇ ਟੁੱਟ ਜਾਵੇਗੀ। ਖੈਰ ਤੋਪ ਜੀ ਨੇ ਦੱਸਿਆ ਕਿ 18-20 ਗੋਲੇ ਸੁੱਟੇ ਗਏ, ਸੁੱਟੋ ਤੇ ਫਿਰ ਕੰਧ ਟੁੱਟ ਜਾਵੇਗੀ ਉਸ ਟਾਈਮ। ਤੇ ਤੋਪ ਲਿਜਾ ਕੇ ਉੱਥੇ ਜਦੋਂ ਖੜੀ ਕੀਤੀ, ਕੋਈ 5-6 ਗੋਲੇ ਅਜੇ ਚਲਾਏ ਸਨ ਤੇ ਤੋਪ ਦਾ ਪਹੀਆ ਟੁੱਟ ਗਿਆ, ਜਿਹੜੀ ਤੋਪ ਸੀ ਨਾ ਉਹਦਾ ਪਹੀਆ ਟੁੱਟ ਗਿਆ। ਤੇ ਤੋਪ ਜੀ ਕਹਿਣ ਲੱਗਿਆ ਕਿ ਹੁਣ ਇਹਦੇ ਥੱਲੇ ਜਿੱਥੇ ਪਹੀਆ ਆ ਟੁੱਟਿਆ ਹੋਇਆ ਉਹਦੇ ਥੱਲੇ ਮੋਢਾ ਦੇਣਾ ਪੈਣਾ ਆ, ਪਰ ਨਾਲ ਦੀ ਨਾਲ ਇਹ ਵੀ ਗੱਲ ਦੱਸ ਦਿੱਤੀ ਕਿ ਜਿਹੜਾ ਮੋਢਾ ਦਊਗਾ ਉਹ ਉਸੇ ਵੇਲੇ ਹੀ ਸ਼ਹੀਦ ਹੋ ਜਾਵੇਗਾ, ਉਹਦਾ ਸਰੀਰ ਦਾ ਇੱਕ ਵੀ ਅੰਗ ਨਹੀਂ ਲੱਭੇਗਾ। ਨਾਲ ਦੀ ਨਾਲ ਦੱਸਣਾ ਕਰ ਦਿੱਤਾ ਕਿ ਜਿਹੜਾ ਤੋਪ ਦੇ ਥੱਲੇ ਮੋਢਾ ਦੇਵੇਗਾ ਉਹਦਾ ਸਰੀਰ ਉਸੇ ਵੇਲੇ ਹਵਾ ਦੇ ਵਿੱਚ ਉੱਡਦਾ ਜਾਵੇਗਾ, ਸ਼ਹੀਦ ਹੋ ਜਾਵੇਗਾ। ਦੁਬਾਰੇ ਨਾ ਮੈਨੂੰ ਕਹਿ ਦਿਓ ਕਿ ਸਾਡੇ ਸ਼ਹੀਦ ਸਿੰਘਾਂ ਨੂੰ ਸ਼ਹੀਦ ਕਰਾ ਦਿੱਤਾ। ਤੇ ਖੈਰ ਉਦੋਂ ਕੀ ਹੋਇਆ ਕਿ ਸਿੰਘਾਂ ਨੇ ਆਪਸ ਵਿੱਚ ਫੈਸਲਾ ਕੀਤਾ। ਸੈਯਦ ਜਲਾਨੀ ਇਹ ਗੱਲ ਲਿਖਦਾ ਆ ਕਿ ਮੈਂ ਇਹ ਵੇਖਦਾ ਪਿਆ ਸੀ ਭੇਸ ਵਟਾ ਕੇ ਤੇ ਕੋਲ ਪਹੁੰਚਿਆ ਮੈਂ ਜਦੋਂ ਸਿੱਖਾਂ ਦੇ, ਗੱਲਬਾਤ ਚੱਲਦੀ ਪਈ ਹੈ, ਮੈਨੂੰ ਲੱਗਿਆ ਕਿ ਆਪਸ ਵਿੱਚ ਲੜਨ ਲੱਗ ਪਏ ਨੇ ਕਿਉਂਕਿ ਮੌਤ ਦਾ ਸਮਾਂ ਸੀ, ਮੌਤ ਦਾ ਸਵਾਲ ਸੀ। ਮੈਨੂੰ ਲੱਗਿਆ ਕਿ ਕਹਿੰਦੇ ਹੋਣੇ ਕਿ ਤੂੰ ਚੱਲ ਅੱਗੇ ਲੱਗ, ਦੂਜਾ ਕਹਿੰਦੇ ਹੋਣੇ ਤੂੰ ਅੱਗੇ ਚੱਲ, ਪਰ ਮੈਂ ਜਾ ਕੇ ਵੇਖੇ ਤੇ ਉੱਥੇ ਹੋਰ ਅਲੱਗ ਹੀ ਵਰਤਾਰਾ ਹੋਇਆ ਪਿਆ ਸੀ। ਉੱਥੇ ਆਪਸ ਵਿੱਚ ਇਸ ਗੱਲ ਦੀ ਲੜਾਈ ਹੋ ਰਹੀ ਸੀ ਕਿ ਮੈਂ ਤੋਪ ਦੇ ਅੱਗੇ ਪਹਿਲਾਂ ਮੋਢਾ ਦੇਣਾ ਆ, ਦੂਜਾ ਸਿੰਘ ਕਹਿੰਦਾ ਨਹੀਂ ਮੈਂ ਦੇਣਾ, ਤੀਜਾ ਕਹਿੰਦਾ ਮੈਂ ਦੇਣਾ ਆ ਪਹਿਲਾਂ। ਤੇ ਸਾਰੀ ਗੱਲ ਸਰਦਾਰ ਸਾਧੂ ਸਿੰਘ ਜੀ ਹੁਣ ਦੇਖਦੇ ਪਏ ਸਨ ਤੇ ਆ ਕੇ ਫੈਸਲਾ ਕੀਤਾ, ਕਹਿਣ ਲੱਗੇ ਕਿ ਤੁਹਾਡਾ ਆਗੂ ਕੌਣ ਆ, ਤੁਹਾਡਾ ਮੁਖੀ ਕੌਣ ਆ। ਨਾਲ ਵਾਲੇ ਸਿੰਘ ਕਹਿੰਦੇ ਜੀ ਤੁਸੀਂ ਹੋ। ਤੇ ਫਿਰ ਕਹਿੰਦੇ ਕਿ ਪਹਿਲਾਂ ਫਿਰ ਕਿਹਦਾ ਬਣਦਾ ਆ, ਜੇ ਮੈਂ ਮੁਖੀ ਹਾਂ ਤੁਹਾਡਾ ਤੇ ਤੋਪ ਦੇ ਥੱਲੇ ਮੋਢਾ ਦੇਣ ਦਾ ਹੱਕ ਪਹਿਲਾਂ ਕਿਹਦਾ ਬਣਦਾ, ਮੇਰਾ ਬਣਦਾ ਆ। ਤੇ ਪਤਾ ਵੀ ਸੀਗਾ ਕਿ ਤੋਪ ਦੇ ਥੱਲੇ ਮੋਢਾ ਦਿੱਤਿਆਂ ਮੇਰੇ ਸਰੀਰ ਦੇ ਚੀਥੜੇ ਉੱਡ ਜਾਣੇ ਨੇ, ਕੱਲਾ ਕੱਲਾ ਅੰਗ ਪੁੱਟੀ ਹੋ ਜਾਣਾ ਆ, ਮੇਰੇ ਅੰਗ ਦਾ ਟੁਕੜਾ ਟੁਕੜਾ ਜਿਹੜਾ ਆ ਉਹ ਖਿਲਰ ਜਾਣਾ ਦੂਰ ਤੱਕ ਤੇ ਮੈਂ ਬਚ ਨਹੀਂ ਸਕਦਾ।
ਪਤਾ ਹੋਣ ਦੇ ਬਾਵਜੂਦ ਵੀ ਕਹਿੰਦੇ ਕਿ ਪਹਿਲਾਂ ਮੈਂ ਵੋਟਾਂ ਦੇਵਾਂਗਾ, ਉਹਦੇ ਬਾਅਦ ਵਾਰੀ ਸਿਰ 1, 2, 3, 4 ਏਦਾਂ ਕਰਕੇ ਜਿਵੇਂ ਜਿਵੇਂ ਨੰਬਰ ਆਵੇ ਉਹਦੇ ਮੁਤਾਬਕ ਤੁਸੀਂ ਮੋਢਾ ਦੇਈ ਜਾਣਾ ਆ ਤੋਪ ਨੂੰ। ਏਦਾਂ ਕਰਕੇ ਜਿਵੇਂ ਜਿਵੇਂ ਸਰਦਾਰ ਸਾਧੂ ਸਿੰਘ ਨੇ ਮੋਢਾ ਦਿੱਤਾ ਉਹਦੇ ਬਾਅਦ ਬਾਕੀਆਂ ਸਿੰਘਾਂ ਨੇ ਮੋਢਾ ਦਿੱਤਾ। ਤੇ ਸੈਯਦ ਜਲਾਨੀ ਇਹ ਗੱਲ ਲਿਖਦਾ ਆ ਕਿ ਉਹਨਾਂ ਨੂੰ ਵੇਖਦਾ ਸੀਗਾ ਮੈਂ ਕਿ ਮੌਤ ਨਾਲ ਮਜ਼ਾਕ ਕਰਦੇ ਪਏ ਸਨ, ਮੌਤ ਨੂੰ ਮਖੌਲ ਕਰਦੇ ਪਏ ਸਨ, ਮੌਤ ਨੂੰ ਅੱਗੇ ਲਾਇਆ ਹੋਇਆ ਸੀ। ਮੇਰਾ ਵੀ ਮਨ ਕੀਤਾ ਕਿ ਮੈਂ ਵੀ ਮੋਢਾ ਦੇ ਦੇਵਾਂ ਤੇ ਸ਼ਹੀਦ ਹੋ ਜਾਵਾਂ। ਪਰ ਅੰਦਰ ਮੇਰੇ ਮਨ 'ਚ ਖਿਆਲ ਆ ਗਿਆ ਕਿ ਜੇ ਮੈਂ ਮੋਢਾ ਦੇ ਕੇ ਸ਼ਹੀਦ ਹੋ ਗਿਆ ਤੇ ਇਹਨਾਂ ਦਾ ਇਤਿਹਾਸ ਕੌਣ ਲਿਖੇਗਾ? ਇਹਨਾਂ ਦੀ ਕੁਰਬਾਨੀ, ਇਹਨਾਂ ਦਾ ਇਹ ਜਿਹੜੀ ਇਹ ਕੁਰਬਾਨੀ ਦੇ ਰਹੇ ਨੇ, ਮੋਢਾ ਦੇ ਰਹੇ ਨੇ ਤੋਪ ਦੇ ਥੱਲੇ, ਇਹ ਕੁਰਬਾਨੀ ਕਿੱਦਾਂ ਇਹਨਾਂ ਦੇ ਬੱਚਿਆਂ ਨੂੰ ਪਤਾ ਲੱਗੇਗੀ? ਇਹਨਾਂ ਦਾ ਇਤਿਹਾਸ ਕਿੱਦਾਂ ਬਣੇਗਾ ਕਿ ਸਿੱਖਾਂ ਦਾ ਇਤਿਹਾਸ ਇੰਨਾ ਮਹਾਨ ਆ, ਇੰਨਾ ਜ਼ਿਆਦਾ ਪਵਿੱਤਰ ਆ ਤੇ ਉਹ ਕੌਮੀ ਕਾਰਜਾਂ ਵਾਸਤੇ ਸ਼ਹੀਦ ਹੁੰਦੇ ਸਨ, ਆਪਣੇ ਨਿੱਜੀ ਫਾਇਦਿਆਂ ਲਈ ਨਹੀਂ ਸੀ ਸ਼ਹੀਦ ਹੁੰਦੇ? ਤੇ ਅੱਜ ਜੇ ਸਾਡੇ ਆਗੂਆਂ ਨੂੰ ਵੇਖ ਲਈਏ, ਅਕਾਲ ਤਖਤ ਸਾਹਿਬ ਦੇ ਜਿਹੜੇ ਆਗੂ ਨੇ ਜਥੇਦਾਰ ਸਾਹਿਬ, ਉਹ ਖੁਦ ਰਾਜਨੀਤੀ ਦੀ ਭੇਟ ਚੜੇ ਹੋਏ ਨੇ, ਉਹ ਖੁਦ ਰਾਜਨੀਤੀ ਦੀ ਭੇਟ ਚੜ ਕੇ ਸਿਆਸੀ ਹੁਕਮਨਾਮੇ ਜਾਰੀ ਕਰ ਦਿੰਦੇ ਨੇ ਤੇ ਰਾਜਨੀਤੀ ਦਾ ਬੋਲਬਾਲਾ ਅਕਾਲ ਤਖਤ ਸਾਹਿਬ ਦੇ ਉੱਪਰ ਅੱਜ ਬਿਲਕੁਲ ਸਾਫ਼ ਦਿਖਦਾ ਪਿਆ ਹੈ। ਅਕਾਲ ਵਾਲੀ ਰੈਲੀ ਦੇ ਵਿੱਚ ਉਹਨਾਂ ਨੇ ਕਿਹਾ, ਕਹਿਣ ਲੱਗੇ ਕਿ ਕੌਮ ਦੇ ਲਈ ਮੈਂ ਸ਼ਹੀਦ